ਫੇਰ ਸਿੰਘ ਅਸੀਂ ਤਾਂ ਸਾਨੂੰ ਤਾਂ ਜੀ ਸੁਰਤ ਵੀ ਨਹੀਂ ਸੀ ਉਸ ਟਾਈਮ ਨਿੱਕੇ ਨਿੱਕੇ ਸੀ ਜਦੋਂ ਮੈਂ ਸਾਡਾ ਵਿਛੋੜਾ ਹੋ ਗਿਆ ਵਿਛੋੜਾ ਹੋਏ ਨੂੰ ਦੇਖ ਲਓ ਬਈ ਬਹੁਤ ਸਾਲ ਹੋ ਗਏ ਸੱਤਰ ਸਾਲ ਲਾ ਗਏ ਨਹੀਂ ਹੋਣ ਵਾਲਾ ਹੈ ਉਹਨਾਂ ਦੇ ਨਾਲ ਉਹ ਨਸੀਬ 'ਚ ਲਾਉਂਦੇ ਸਾਡੀ ਇਹ ਮੁਲਾਕਾਤ ਕਰਵਾਈ ਅਤੇ ਇਹਦੇ ਪ੍ਰੈਸ ਰਿਪੋਰਟਰਾਂ ਨਾਲ ਗੱਲ ਕੀਤੀ ਉਹਨੇ ਅਤੇ ਇੱਕ ਸੁਖਦਰਸ਼ਨ ਸਿੰਘ ਆਪਣੇ ਫਿਰੋਜ਼ਪੁਰ ਦਾ ਉਹ ਬੜਾ ਉਹਨੇ ਜੋੜ ਲਾਇਆ ਉਹਨੇ ਬਹੁਤ ਸਾਡੇ ਨੇੜੇ ਮਿਲਾਉਣ ਦੀ ਖਾਤਰ ਬਹੁਤ ਉਹਨੇ ਕਿਹਾ ਕਰਿਆ ਅਤੇ ਮੇਰੇ ਪਿੰਡ ਦੇ ਸਰਪੰਚ ਦੇ ਨਾਲ ਆਪਣੇ ਨਸੀਬ 'ਚ ਲੋਕ ਸਿੱਧੀਆਂ ਗੱਲਾਂ ਕਰਦਾ ਰਿਹਾ ਫਿਰ ਸਰਪੰਚ ਨੇ ਵੀ ਬੜਾ ਜੋੜ ਲਾਇਆ ਮਹਿਸੂਸ ਹੋਇਆ ਇੱਕ ਭੈਣ ਨਾਲ ਵਿਛੋੜਾ ਬਚਪਨ ਦਾ ਵਿਛੋੜਾ ਬੜੇ ਸਾਲਾਂ ਬਾਅਦ ਮਿਲਣਾ ਕਿਹੋ ਜਿਹਾ ਕਿਹੋ ਜਿਹਾ ਅਹਿਸਾਸ ਹੈ ਮੈਂ ਅਤੇ ਭੈਣ ਤਾਂ ਗੱਲਾਂ ਕਰਦੇ ਰਹੇ ਬੈਠੇ ਰਹੇ ਗੱਲਾਂ ਕਰਨ ਨੂੰ ਜਿਹੜੇ ਮੇਰੇ ਨਾਲ ਫਰੀਦਕੋਟ ਵਾਲੇ ਮੁੰਡੇ ਸੀ ਉਹ 6-7 ਜਾਣੇ ਸੀਗੇ ਉਹ ਕਹਿੰਦੇ ਅਸੀਂ ਮਾਰਕੀਟ ਇੱਥੇ ਘੁੰਮ ਲਈਏ ਉਹ ਉਹਨਾਂ ਨੇ ਕੁਲਫੀਆਂ ਖਾਧੀਆਂ ਕੁਲਫੀਆਂ ਖਾਧੀਆਂ ਤਾਂ ਉਹ ਕੀ ਹੋਇਆ ਉਹ ਇੱਕ ਕੋਈ ਲੰਘਿਆ ਜਾਂਦਾ ਬੰਦਾ ਉਹਨੂੰ ਪਤਾ ਲੱਗ ਗਿਆ ਵੀ ਪੰਜਾਬ ਤੋਂ ਆਏ ਨੇ ਉਹਨੇ ਸਾਰੇ ਕੁਲਫੀਆਂ ਦੇ ਪੈਸੇ ਉਹਨੇ ਦਿੱਤੇ ਇੰਨਾ ਪਿਆਰ ਕਰਦੇ ਨੇ ਉੱਧਰ ਦੇ ਲੋਕ ਹਾਂ ਸਰ ਪਬਲਿਕ ਮਿਲਣਾ ਚਾਹੁੰਦੀ ਆ ਇਕੱਠੇ ਹੋਣਾ ਚਾਹੁੰਦੀ ਆ ਪਰ ਸਰਕਾਰਾਂ ਨਹੀਂ ਹੋਣ ਦਿੱਤੀਆਂ 2 ਸਾਲ ਦੀ ਸੀ ਜਦੋਂ ਗਈ ਆ ਬਾਅਦ ਦੇ ਨਾਲ ਚਲੀ ਗਈ ਹਾਂ ਹਾਂ ਲੱਕੜੀ ਬਣਾ ਕੇ ਆਏ ਆ ਇੱਕ ਆਪਣੇ ਮੁੰਦੀ ਹੈ ਅਤੇ ਇੱਕ ਆ ਘੜੀ ਹੈ ਇਹ ਪੈਸੇ ਦਿੱਤੀਆਂ ਕਾਫੀ ਜਦੋਂ ਵਿਛੋੜਾ ਹੋਇਆ ਮਰ ਸੀਗੀ ਬਹੁਤ ਛੋਟੇ ਜਮਾ ਨਹੀਂ ਪਤਾ ਵਿਛੋੜੇ ਦਾ ਬਈ ਕਿਵੇਂ ਹੋਇਆ ਪਛਾਣ ਕਿਵੇਂ ਹੋਈ ਪਛਾਣ ਤਾਂ ਫਿਰ ਸਾਡੀ ਜਦੋਂ ਪਛਾਣ ਹੋਈ ਆ ਪਹਿਲਾਂ ਫਿਰ ਅਸੀਂ ਗੱਲਬਾਤ ਕਰਦੇ ਰਹੇ ਉਹਨਾਂ ਨੇ ਮੈਨੂੰ ਮੇਰੀਆਂ ਨਿਸ਼ਾਨੀਆਂ ਜਦੋਂ ਦੱਸੀਆਂ ਮੈਨੂੰ ਨਿਸ਼ਾਨੀਆਂ ਤੋਂ ਫਿਰ ਮੈਂ ਕਵੀ ਮੇਰੀ ਭੈਣ ਹੀ ਆ ਸੁਨੀਤ ਹੀ ਆ ਮੈਨੂੰ ਤਾਂ ਭੈਣ ਨੇ ਨਿਸ਼ਾਨੀਆਂ ਦੱਸੀਆਂ ਆਪਣੇ ਉਹ ਜਿਹੜੀਆਂ ਉਹਨੇ ਦੱਸੀਆਂ ਉਹਨੂੰ ਇੰਨੀਆਂ ਯਾਦ ਨਹੀਂ ਜੋ ਜਿਹੜੀਆਂ ਕਹੀਆਂ ਉਹਨੇ ਉਹ ਹਾਂ ਕਹਿੰਦੀ ਵੀ ਮੇਰਾ ਭਰਾ ਗੁਰਮੇਲ ਸਿੰਘ ਆ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਪਿੰਡ ਜੱਸੋਵਾਲ ਅਤੇ ਉਹਨੇ ਜਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਫਿਰ ਮੈਨੂੰ ਯਕੀਨ ਆਇਆ ਹਾਂ ਮਿਲਾਂਗੇ ਸਿਹਤ ਇਜਾਜ਼ਤ ਦਊ ਮੈਂ ਭੈਣ ਨੂੰ ਦਿੱਤਾ 5,000 ਰੁਪਇਆ ਅਤੇ ਉਹਦੇ ਬੱਚਿਆਂ ਨੂੰ 500-500 ਰੁਪਇਆ ਦਿਆ ਮੈਂ ਕਹੇ ਸੀ 70 ਸਾਲ ਬਾਅਦ ਹੀ ਮੰਨ ਲਓ ਕਈ 70 ਸਾਲ ਤੋਂ ਬਾਅਦ ਪਹਿਲੀ ਦਫ਼ਾ ਰੱਖੜੀ ਬੰਦ ਹੋਈ ਆ ਭੈਣ ਤਾਂ ਜੇ ਤੁਹਾਨੂੰ ਦੱਸਾਂ ਵੀ ਸਿਹਤ ਦਾ ਅਸਰ ਹੈ ਸਿਹਤ ਠੀਕ ਹੋਈ ਤਾਂ ਛੇਤੀ ਗੇੜਾ ਮਾਰੇ ਆਵਾਂਗੇ ਨਹੀਂ ਤਾਂ ਫਿਰ ਸਿਹਤ ਨਾਲ ਠੀਕ ਹੋਈ ਫਿਰ ਢੱਕ ਜਾਣਾ ਔਖਾ ਉਹ ਇਕੱਲਾ ਤਾਂ ਮੈਂ ਜਾ ਨਹੀਂ ਸਕਦਾ ਇੱਕ ਬੰਦੇ ਦਾ ਹੋਰ ਵੀ ਖਰਚਾ ਚੱਕਣਾ ਪੈਣਾ ਨਾਲ ਨਹੀਂ ਉਹ ਇਹ ਜਦੋਂ ਉਸ ਟਾਈਮ ਗਏ ਉੱਥੇ ਉੱਥੇ ਕੋਈ ਸਾਡੀ ਗੱਲ ਨਹੀਂ ਹੋਈ ਫੇਸ ਟੂ ਫੇਸ ਗੱਲਾਂ ਨਹੀਂ ਹੋਈ ਕੋਈ ਵੀਡੀਓ ਨਹੀਂ ਹੋਈ ਕੋਈ ਕੁਛ ਨਹੀਂ ਫਿਰ ਉਹਦੇ ਬਾਅਦ ਤਾਂ ਮੈਂ ਤਾਂ ਆਪਣੀ ਜਾਣ ਦੀ ਨਾਲ ਇਹਨਾਂ ਦੇ ਨਾਲ ਜਾਣ ਦੀ ਕੋਸ਼ਿਸ਼ ਪੂਰੀ ਕੀਤੀ ਇਹ ਨਹੀਂ ਪਤਾ ਕਿਉਂ ਭਾਈ ਰੁਕਾਵਟਾਂ ਆਈਆਂ ਨੇ ਉਹਦੇ ਬਾਅਦ ਮੇਰੇ ਸਹੁਰਾ ਪਰਿਵਾਰ ਜਿਹੜਾ ਹੈਗਾ ਕਿ ਭਾਈ ਹੱਕ ਬਣਦਾ ਪਹਿਲੀ ਵਾਰੀ ਨਾਲ ਜਾਂਦਾ ਫਿਰ ਮੈਂ ਆਪਣੇ ਮਨ ਨੂੰ ਇਹ ਕਿਹਾ ਕਿ ਚਲੋ ਕੋਈ ਨਹੀਂ ਇੱਕ ਚਾਂਸ ਤਾਂ ਆਪ ਹੀ ਲੱਭ ਲਾਂਗੇ ਅਸੀਂ ਬਸ ਜੀ ਇੱਕ ਸਾਲ ਪੂਰਾ ਇੱਕ ਸਾਲ ਪਹਿਲੀ ਗੱਲ ਇਹ ਯਕੀਨ ਨਹੀਂ ਆਉਂਦੀ ਸੀ ਕਿਸੇ ਗੱਲ ਨੂੰ ਵੀ ਕਿਉਂਕਿ ਪਿੰਡ ਵਾਲਿਆਂ ਨੇ ਵੀ ਪੁਰਾਣੇ ਬੰਦੇ ਸੀਗੇ ਕਿਸੇ ਨੇ ਨਹੀਂ ਦੱਸਿਆ ਕਿ ਆਹ ਕਹਾਣੀ ਹੈ ਇਸ ਘਰ 'ਤੇ ਅਸੀਂ ਸੋਚਦੇ ਸੀ ਕਿ ਸਾਡਾ ਘਰ ਇਕੱਲਾ ਇਕੱਲਾ ਕਿਉਂ ਆ ਇਹ ਇਕੱਲਾ ਇਕੱਲਾ ਇਹਦਾ ਭਾਈ ਕੋਈ ਨਹੀਂ ਤਾਏ ਚਾਚੇ ਦੇ ਮੁੰਡੇ ਹੈਗੇ ਨੇ ਜਾਣੀ ਕਿ ਉਹ ਮਿਲ ਕੇ ਰਾਜ਼ੀ ਨਹੀਂ ਆ ਕੁਛ ਪਰਿਵਾਰ ਵਿੱਚ ਬੇਇਤਫਾਕੀ ਹੋ ਗਈ ਬੇਇਤਫਾਕੀ ਹੋ ਗਈ ਦਰਾਰੇ ਪੈ ਗਈ ਫਿਰ ਇਸ ਟਾਈਮ ਤਾਂ ਕੋਈ ਵੀ ਨਹੀਂ ਹੈਗਾ ਇਸ ਟਾਈਮ ਜਾਣੀ ਕਿ ਹੈਗੇ ਨੇ ਪਰਿਵਾਰ ਜਾਣੀ ਕਿ ਉਹ ਨਾ ਖੁਸ਼ਿਆ ਨਾ ਖੁਸ਼ ਹੋਏਗਾ ਜਾਣੀ ਜੇ ਉਹ ਖੁਸ਼ ਹੁੰਦੇ ਇਹਨਾਂ ਨੇ ਸਭ ਨੂੰ ਕਿਹਾ ਕਿ ਮੈਂ ਜਾਣਾ 6 ਤਰੀਕ ਨੂੰ ਪਰ ਕੋਈ ਆਇਆ ਨਹੀਂ ਚਲੋ ਅਸੀਂ ਤਾਂ ਫਿਰ ਵੀ ਇਸ ਟਾਈਮ 'ਤੇ ਮੇਰੇ ਭਾਈ ਹੈ ਨਹੀਂ ਅਸੀਂ ਤਾਂ ਬਹੁਤ ਕੁਝ ਲੜੇ ਭਿੜੇ ਬਹੁਤ ਕੁਝ ਕੀਤਾ ਬਚਪਨਾਂ 'ਤੇ ਵਿਚਾਲੀ ਉਮਰ 'ਤੇ ਵੀ ਲਾਸਟ 'ਤੇ ਵੀ ਕੀਤਾ ਇਹਨਾਂ ਨੇ ਤਾਂ ਕੁਛ ਵੀ ਨਹੀਂ ਦੇਖਿਆ ਇਹਨਾਂ ਦੀ ਹੈਰਾਨੀ ਵਾਲੀ ਗੱਲ ਆ ਕਿ ਕੀ ਇਹਨਾਂ ਦਾ ਬਚਪਨਾ ਸੀ ਅਤੇ ਕੀ ਇਹਨਾਂ ਦੀ ਜਵਾਨੀ ਸੀ ਅਤੇ ਇਸ ਟਾਈਮ ਆਪਣੇ ਜ਼ਿੰਦਗੀ ਨਾਲ ਕੀ ਮੁਕਾਬਲਾ ਕਰਦੇ ਨੇ ਇਸ ਟਾਈਮ ਇਹ ਪੂਰੇ ਬੇਰੁਜ਼ਗਾਰ ਆ ਆਰਥਿਕ ਤੰਗੀ ਬਹੁਤ ਹੈ ਸਾਡੇ ਘਰ ਵਿੱਚ ਪਹਿਲੀ ਗੱਲ ਹੈ ਜੀ ਗੁੰਜਾਇਸ਼ 'ਤੇ ਗੱਲ ਆ ਕਿਉਂਕਿ ਸਾਨੂੰ ਇਹਨਾਂ ਕਰਕੇ ਕਿਸੇ ਤੋਂ ਕੋਈ ਹੈਲਪ ਨਹੀਂ ਮਿਲੀ ਠੀਕ ਹੈ ਬੰਦਾ ਜਾਂਦਾ ਚੰਗਾ ਤਾਂ ਲੱਗਦਾ ਜੇ ਆਪਣੇ ਕੋਲ ਕੋਈ ਪਹੁੰਚ ਹੋਵੇ ਪਹੁੰਚਦੇ ਬੰਦੇ ਨੂੰ ਹੌਸਲਾ ਹੁੰਦਾ ਸਰਕਾਰਾਂ ਦੇ ਸੰਸਥਾ ਨਾਲ ਤਾਂ ਮੈਂ ਆਪ ਹੀ ਸੰਪਰਕ ਕਰੀ ਬੈਠੀ ਹਾਂ ਮੈਂ ਜਾਣੀ ਕਿ ਰਾਜਨੀਤੀ 'ਤੇ ਰਹਿ ਚੁੱਕੀ ਹਾਂ ਪਹਿਲਾਂ ਤਾਂ ਕਰਕੇ ਮੇਰੀ ਆਪਣੀ ਹਿੰਮਤ ਬਹੁਤ ਹੈਗੀ ਆ ਮੈਂ ਕੋਸ਼ਿਸ਼ ਪੂਰੀ ਕਰੂੰਗੀ 2 ਮਹੀਨੇ ਦੇ ਅੰਦਰ ਅੰਦਰ ਜਾਣ ਦੀ ਹਾਂਜੀ